ਸਤਿ ਸ਼੍ਰੀ ਅਕਾਲ ਦੋਸਤੋ ਨਿਊਜ਼ ਪੰਜਾਬ ਹਰਿਆਣਾ ਹਿਮਾਚਲ ਤੇ ਆਪ ਸਭ ਦਾ ਤੁਹਾਡੇ ਸਿਤਾਰੇ ਪ੍ਰੋਗਰਾਮ ਵਿੱਚ ਬਹੁਤ ਸਵਾਗਤ ਹੈ ਮੈਂ ਆਪ ਸਭ ਨਾਲ ਜਸੀਮਾਨ ਜਾਣਦੇ ਹਾਂ ਜੀ ਆਪਾਂ ਪੰਚਾਂਗ ਦੇ ਮੁਤਾਬਕ ਯਾਨੀ ਗ੍ਰਹਿਾਂ ਦੀ ਸਥਿਤੀ ਦੇ ਮੁਤਾਬਕ ਹੀ ਅੱਜ ਦਾ ਦਿਨ ਕਿਸ ਤਰ੍ਹਾਂ ਦਾ ਰਹੇਗਾ ਤੇ ਵਾਸਤੂ ਟਿਪ ਵਿੱਚ ਅੱਜ ਆਪਾਂ ਚਰਚਾ ਕਰਾਂਗੇ ਖਿੜਕੀਆਂ ਬਾਰੇ ਦੱਸ ਰਹੇ ਹਾਂ ਤੁਹਾਨੂੰ ਕਿ ਨਾਰਥ ਸਾਈਡ ਵਿੱਚ ਅਗਰ ਖਿੜਕੀਆਂ ਰੱਖੀਆਂ ਜਾਣ ਤਾਂ ਉਸ ਦਾ ਵਾਸਤੂ ਦੇ ਮੁਤਾਬਕ ਕੀ ਪ੍ਰਭਾਵ ਪੈਂਦਾ ਹੈ ਉਸ ਘਰ ਵਿੱਚ ਰਹਿਣ ਵਾਲੇ ਸਦੱਸਿਆਂ ਦੇ ਸ਼ੁਰੂਆਤ ਪੰਚਾਂਗ ਤੋਂ ਅੱਜ 30 ਮਈ ਹੋ ਗਈ ਜੀ ਦਿਨ ਹੈ ਸ਼ਨੀਵਾਰ ਦਾ ਤਿਥੀ ਹੈ ਸ਼੍ਰੀ ਦੁਰਗਾ ਅਸ਼ਟਮੀ ਤਿਥੀ ਸ਼ੁਕਲ ਪੱਖ ਚੱਲ ਰਿਹਾ ਯਾਨੀ ਚਾਨਣ ਪੱਖ ਹੀ ਚੱਲੇਗਾ ਤੇ ਧੂਮਪਤੀ ਜਯੰਤੀ ਵੀ ਅੱਜ ਦੇ ਦਿਨ ਰਹੇਗੀ ਚੰਦਰ ਰਾਸ਼ੀ ਦੀ ਗੱਲ ਕੀਤੀ ਜਾਵੇ ਤਾਂ ਸਿੰਘ ਰਾਸ਼ੀ ਵਿੱਚ ਚੰਦਰਮਾ ਸਵੇਰੇ 6:02 ਤੋਂ ਆ ਚੁੱਕੇ ਨੇ ਤੇ ਪੂਰਵ ਫਾਲਗੁਨੀ ਨਕਸ਼ਤਰ ਜੋ ਕਿ ਸ਼ੁਕਰ ਦਾ ਨਕਸ਼ਤਰ ਹੈ ਉਹ ਚੱਲ ਰਿਹਾ ਹੈ ਪਦਰਾ 8:57 ਤੇ ਖਤਮ ਹੋ ਜਾਏਗੀ ਜੋ ਕੱਲ ਦੀ ਚੱਲ ਰਹੀ ਸੀ ਤੇ ਸਵੇਰੇ 9 ਤੋਂ ਲੈ ਕੇ 10:30 ਦਾ ਟਾਈਮ ਰਹਿਣ ਵਾਲਾ ਹੈ ਜੀ ਰਾਹੂ ਕਾਲ ਦਾ ਇਸ ਟਾਈਮ ਤੇ ਕੋਈ ਵੀ ਨਵਾਂ ਕੀਤਾ ਹੋਇਆ ਸ਼ੁਭ ਕੰਮ ਥੋੜਾ ਟਾਈਮ ਦੇਖ ਕੇ ਕੀਤਾ ਜਾਵੇ ਤਾਂ ਵਹਿਮ ਭਰਮ ਤੋਂ ਬਚਿਆ ਵੀ ਜਾ ਸਕਦਾ ਹੈ ਚਲੋ ਵੈਸੇ ਜਿਹੜੇ ਕੰਮ ਜਿਸ ਤਰ੍ਹਾਂ ਚੱਲ ਰਹੇ ਨੇ ਉਸ ਤਰ੍ਹਾਂ ਹੀ ਉਸ ਨੂੰ ਚਲਾਏ ਸਕਦੇ ਹੋ ਤੁਸੀਂ ਮੁਬਾਰਕਾਂ ਉਹਨਾਂ ਨੂੰ ਜਿਨ੍ਹਾਂ ਦਾ ਅੱਜ ਦਾ ਦਿਨ ਜਨਮ ਦਿਨ ਹੈ ਜਾਂ ਸ਼ਾਦੀ ਦੀ ਸਾਲਗਿਰਾ ਕੀ ਕਰਨਾ ਚਾਹੀਦਾ ਹੈ ਜੀ ਗ੍ਰਹਿ ਗੋਚਰ ਦੇ ਨਕਸ਼ਤਰ ਦੇ ਮੁਤਾਬਕ ਵੈਸੇ ਵੀ ਹਮੇਸ਼ਾ ਹੀ ਆਪਣੇ ਪਰਿਵਾਰ ਵਿੱਚ ਬਜ਼ੁਰਗਾਂ ਦਾ ਆਸ਼ੀਰਵਾਦ ਲੈਣਾ ਚਾਹੀਦਾ ਪਰ ਜਦੋਂ ਖਾਸ ਦਿਨ ਹੋਵੇ ਤਾਂ ਪੈਰਾਂ ਨੂੰ ਹੱਥ ਲਗਾ ਕੇ ਜ਼ਰੂਰ ਆਸ਼ੀਰਵਾਦ ਲਓ ਜ਼ਿੰਦਗੀ 'ਚ ਬਹੁਤ ਜ਼ਿਆਦਾ ਪੋਜ਼ਿਟਿਵਿਟੀ ਤੇ ਕਈ ਖਤਰਨਾਕ ਚੀਜ਼ਾਂ ਤੋਂ ਤੁਸੀਂ ਬਚ ਸਕਦੇ ਹੋ ਆਪਣਿਆਂ ਦੀਆਂ ਦੁਆਵਾਂ ਦੇ ਨਾਲ ਜਾਣਦੇ ਆ ਤੁਹਾਡੇ ਸਿਤਾਰੇ ਸਭ ਤੋਂ ਪਹਿਲਾਂ ਐਰੀਜ਼ ਯਾਨੀ ਮੇਸ਼ ਰਾਸ਼ੀ ਵਾਲਿਆਂ ਦੇ ਰਾਸ਼ੀ ਤੋਂ 5ਵੇਂ ਚੰਦਰਮਾ ਸ਼ੁੱਕਰ ਦਾ ਨਕਸ਼ਤਰ ਸ਼ੁੱਕਰ ਤੁਹਾਡੇ ਧਨ ਸਥਾਨ ਦਾ ਮਾਲਕ ਪੈਸੇ ਵੱਲੋਂ ਜ਼ਿਆਦਾ ਜੋ ਟੈਨਸ਼ਨ ਦਿਮਾਗ ਤੇ ਬੋਝ ਸੀ ਉਹ ਥੋੜਾ ਜਿਹਾ ਘਟ ਜਾਵੇਗਾ ਤੇ ਸ਼ੁੱਕਰ ਦੂਸਰੇ ਸਥਾਨ ਤੇ ਹੋਣ ਕਰਕੇ ਰਿਸ਼ਤੇ ਲਈ ਸ਼ੁਰੂਆਤ ਵੀ ਅਗਰ ਤੁਹਾਡੀ ਸ਼ਾਦੀ ਦੀ ਉਮਰ ਹੈ ਤਾਂ ਰਿਸ਼ਤਾ ਹੋ ਸਕਦਾ ਹੈ ਤੇ ਰਿਸ਼ਤੇ ਲਈ ਕੋਈ ਆਫਰ ਵੀ ਆ ਸਕਦੀ ਹੈ ਕਰਨਾ ਚੰਗਾ ਰਹੇਗਾ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ ਦਾਨ ਕਰਨ ਆਲੂ ਅਗਰ ਤੁਸੀਂ ਦਾਨ ਕਰਦੇ ਹੋ ਤਾਂ ਉਸ ਦੇ ਨਾਲ ਸ਼ੁੱਕਰ ਦਾ ਫਲ ਹੋਰ ਵੀ ਵਧੀਆ ਮਿਸ਼ਰੀ ਤੇ ਚੌਲਾਂ ਦਾ ਸੇਵਨ ਕਰਨ ਤੇ ਚੰਦਰ 5ਵੇਂ ਚੰਗਾ ਫਲ ਦੇਵੇਗਾ ਤੇ ਲੱਕੀ ਕਲਰ ਗ੍ਰੇ ਰਹੇਗਾ ਟੌਰਸ ਯਾਨੀ ਰਿੱਖ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਨੇ ਜੀ ਸੂਰਜ ਸ਼ੁੱਕਰ ਦੀ ਯੁਤੀ ਲਗਨ ਵਿੱਚ ਹਜੇ ਚੱਲ ਹੀ ਰਹੀ ਹੈ ਸੰਗਰਾਂਦ ਤੱਕ ਸ਼ੁੱਕਰ ਨੇ ਸੂਰਜ ਦੇ ਨਾਲ ਰਹਿਣਾ ਹੀ ਹੈ ਇਸ ਕਰਕੇ ਸਿਹਤ ਵਿੱਚ ਕੋਈ ਨਾ ਕੋਈ ਪ੍ਰੋਬਲਮ ਤੇ ਰਹੇਗੀ ਹਸਪੀਟਲ ਦੇ ਚੱਕਰ ਵੀ ਲੱਗ ਸਕਦੇ ਨੇ ਥੋੜੀਆਂ ਜੀਆਂ ਦਿਮਾਗੀ ਤੌਰ ਤੇ ਪਰੇਸ਼ਾਨੀਆਂ ਵੀ ਵੱਧ ਹੀ ਰਹੀਆਂ ਨੇ ਪਰ ਫਿਰ ਵੀ ਬੁੱਧ ਰਾਹੂ ਜੋ ਦੂਸਰੇ ਹੈ ਥੋੜਾ ਪੈਸੇ ਦਾ ਲੈਣ ਦੇਣ ਧਿਆਨ ਨਾ ਕਰੋਗੇ ਤਾਂ ਸਥਿਤੀਆਂ ਅੱਛੀਆਂ ਰਹਿਣਗੀਆਂ ਬਜ਼ੁਰਗਾਂ ਦੀ ਸਲਾਹ ਨਾਲ ਜਾਂ ਐਕਸਪਰਟ ਬੰਦੇ ਦੀ ਸਲਾਹ ਨਾਲ ਸ਼ੇਅਰ ਮਾਰਕੀਟ ਵਿੱਚ ਪੈਸਾ ਤੁਸੀਂ ਲਗਾ ਸਕਦੇ ਹੋ ਕੋਸ਼ਿਸ਼ ਕਰਨੀ ਹੈ ਜੀ ਅੱਜ ਲੱਕੀ ਕਲਰ ਕਰੀਮ ਰਹੇਗਾ ਤੇ ਮੱਥੇ ਤੇ ਚੰਦਨ ਜ਼ਰੂਰ ਲਗਾ ਲੈਣਾ ਹੈ ਸ਼ੁੱਕਰ ਹੋਰ ਵਧੀਆ ਫਲ ਦੇਵੇਗਾ ਜੈਮਨੀ ਯਾਨੀ ਮਿਥੁਨ ਰਾਸ਼ੀ ਵਾਲਿਆਂ ਦੇ ਜੀ ਚੰਦਰ 30ਵੇਂ ਸਥਾਨ ਵਿੱਚ ਬਿਰਾਜਮਾਨ ਸ਼ੁੱਕਰ ਦਾ ਨਕਸ਼ਤਰ ਦੋਨੋਂ ਹੀ ਮਿੱਤਰ ਤੇ ਬੁੱਧ ਸਭ ਗ੍ਰਹੀ ਹੋ ਕੇ ਲਗਨ ਵਿੱਚ ਚੱਲ ਰਿਹਾ ਥੋੜਾ ਐਲੀਗੇਸ਼ਨ ਤੋਮਤ ਤੋਂ ਡਰ ਤੇ ਪਰੇਸ਼ਾਨੀ ਬਣੀ ਰਹਿ ਸਕਦੀ ਹੈ ਇਸ ਕਰਕੇ ਤੁਸੀਂ ਕੋਈ ਵੀ ਭੇਤ ਜੋ ਆਪਣੇ ਨੇ ਉਹਨਾਂ ਦੇ ਨਾਲ ਤਾਂ ਸ਼ੇਅਰ ਕਰ ਸਕਦੇ ਹੋ ਵੈਸੇ ਪਰ ਅਣਜਾਣ ਬੰਦੇ ਨਾਲ ਆਪਣੇ ਭੇਤ ਨਾ ਹੀ ਸ਼ੇਅਰ ਕਰੋ ਚੰਗਾ ਪੈਰ ਗਿੱਟੇ ਤੇ ਸੱਟ ਜਾਂ ਵਾਹਨ ਦੀ ਵਜ੍ਹਾ ਨਾਲ ਕੋਈ ਪਰੇਸ਼ਾਨੀ ਵੀ ਆ ਸਕਦੀ ਹੈ ਦੁੱਧ ਮਲ ਕੇ ਨਹਾਉਣ ਤੇ ਪੰਛੀਆਂ ਨੂੰ ਘਰ ਦੀ ਛੱਤ ਤੇ ਮਿੱਠੀ ਰੋਟੀ ਪਾਉਣ ਤੇ ਬਹੁਤ ਅੱਛਾ ਫਲ ਮਿਲ ਜਾਏਗਾ ਕਿਉਂਕਿ ਬੁੱਧ ਤੁਹਾਡੀ ਰਾਸ਼ੀ ਤੁਹਾਡੇ ਲਗਨ ਦਾ ਮਾਲਕ ਹੈ ਕੈਂਸਰ ਯਾਨੀ ਕਰਕ ਰਾਸ਼ੀ ਵਾਲਿਆਂ ਦੇ ਜੀ ਧਨ ਸਥਾਨ ਵਿੱਚ ਚੰਦਰਮਾ ਬਿਰਾਜਮਾਨ ਕੁਟੁੰਬ ਵਿੱਚ ਸ਼ਾਂਤੀ ਬਣੀ ਰਹੇਗੀ ਪੈਸੇ ਵੱਲੋਂ ਸੌਕੇ ਪਰ ਤੁਹਾਡੇ ਸਪੋਰਟਰ ਗ੍ਰਹਿ ਮੰਗਲ ਉਹ ਥੋੜਾ ਡਾਊਨ ਹੋਣ ਕਰਕੇ ਪਰੇਸ਼ਾਨੀਆਂ ਉਦੋਂ ਤੱਕ ਰਹਿਣਗੀਆਂ ਜਦੋਂ ਤੱਕ ਮੰਗਲ ਮੀਨ ਰਾਸ਼ੀ ਵਿੱਚ ਨਹੀਂ ਚਲਾ ਜਾਂਦਾ ਨਾਲ ਹੀ ਤੁਹਾਨੂੰ ਬਹੁਤ ਧਿਆਨ ਰੱਖਣਾ ਹੈ ਜੀ ਆਪਣੇ ਪਰਿਵਾਰ ਵਿੱਚ ਸਭ ਦਾ ਸਾਥ ਲੈਣ ਦੇ ਲਈ ਵਾਣੀ ਤੇ ਕੰਟਰੋਲ ਰੱਖਣਾ ਵੀ ਚਾਹੀਦਾ ਹੈ ਤੇ ਨਾਲ ਅੱਜ ਸਵੇਰ ਤੋਂ ਹੀ ਮੱਥੇ ਤੇ ਦੁੱਧ ਜਾਂ ਚੀਨੀ ਦਾ ਸੇਵਨ ਕਰਕੇ ਪਾਣੀ ਪੀਣ ਤੇ ਦੂਜੇ ਬੈਠਾ ਚੰਦਰਮਾ ਬੜਾ ਅੱਛਾ ਫਲ ਦੇਵੇਗਾ ਕਾਰੋਬਾਰੀ ਤੌਰ ਤੇ ਸਿਤਾਰੇ ਥੋੜੇ ਢਿੱਲੇ ਹੀ ਰਹਿਣਗੇ ਜ਼ਿਆਦਾ ਪ੍ਰੋਫਿਟ ਨਹੀਂ ਆਏਗਾ ਸਿੰਘ ਰਾਸ਼ੀ ਦੀ ਗੱਲ ਕਰੀਏ ਆਪਾਂ ਲੀਓ ਯਾਨੀ ਸਿੰਘ ਰਾਸ਼ੀ ਵਾਲਿਆਂ ਦੇ ਮੌਸਮ ਕਰਕੇ ਕੁਛ ਨਾ ਕੁਛ ਸਰੀਰਕ ਤੇ ਤੌਰ ਤੇ ਕਫ ਰੇਸ਼ਾ ਵਗੈਰਾ ਤੰਗ ਕਰ ਸਕਦਾ ਹੈ ਇਸ ਕਰਕੇ ਖੂਬ ਸਾਰਾ ਪਾਣੀ ਪੀਣ ਤੇ ਚੰਦਰਮਾ ਅੱਛਾ ਫਲ ਦੇਵੇਗਾ ਚਾਂਦੀ ਦੇ ਗਲਾਸ ਵਿੱਚ ਅਗਰ ਪੀ ਲਵੋ ਤਾਂ ਬਹੁਤ ਵਧੀਆ ਅੱਜ ਬਚਾਅ ਰੱਖਣਾ ਹੈ ਜੀ ਤੁਸੀਂ ਕਾਲਾਪਨ ਤੇਜ਼ੀ ਤੇ ਕੋਈ ਡਿਸੀਜ਼ਨ ਨਹੀਂ ਲੈਣਾ ਜੋ ਵੀ ਫੈਸਲਾ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਡਿਸੀਜ਼ਨ ਹੋਵੇ ਸੋਚ ਸਮਝ ਕੇ ਟਾਈਮ ਦੇ ਕੇ ਫਿਰ ਹੀ ਸਹਿਜਤਾ ਨਾਲ ਡਿਸੀਜ਼ਨ ਲਵੋ ਤਾਂ ਵਧੀਆ ਨਹੀਂ ਤਾਂ ਕਰਜ਼ਾ ਚੜ ਜਾਏਗਾ ਤੇ ਕਰਜ਼ੇ ਕਰਕੇ ਕੋਈ ਨਾ ਕੋਈ ਪਰੇਸ਼ਾਨੀ ਦਿਮਾਗੀ ਜਾਂ ਪਰਿਵਾਰਕ ਜਾਂ ਆਰਥਿਕ ਤੌਰ ਤੇ ਵੱਧ ਸਕਦੀ ਹੈ ਲੱਕੀ ਕਲਰ ਔਰੇਂਜ ਰਹੇਗਾ
वर्गो जानी कन्या राशि वालियां दे जो आज दा दिन है जी थोड़ी खजल खवारी हो सकती है पर क्योंकि नक्षत्र मित्र है इस करके तुसी हर चीज नू संभाल लोगे। खर्चे हुए पैसे दा तुहानू रिजल्ट पॉजिटिव ही मिलेगा, मतलब जिन्ना खर्चा होएगा उन्ना पैसा रिटर्न विच आ ही जाएगा। शेयर मार्केट विच पैसा लगा सकते हो, चंगी पॉजिटिविटी मिलेगी ते लकी कलर हल्का जिहा ग्रीन रहेगा। लिबरा जनी तुला राशि वालियां दा अज दा दिन जी इनकम वादे घाटे ते नाल एलीगेशन नू लैके कुछ ना कुछ दिमागी तौर ते जां आपां कह सकदे आं कि आले दुआले वल्लों परेशानी रह सकदी है। इस करके कोई भी तुसी एलीगेशन तो बच के रहना है, अपने आप नू किसी भी उलझेवे विच बिल्कुल नहीं पैन देना, किसी दे फैसले विच जाना है तां साइलेंट मूड विच रहो तां ज्यादा अच्छा रहेगा। मन उचाट जिहा रहेगा जी, चेंज ऑफ प्लेस करन लई जगह जां काम कार कोई चेंज हो सकदा है जो तुहाडे लई चंगा ही रहेगा। कोशिश करनी है रात नू पानी सराहने रख के सवेरे बूटियां नू जरूर पा देना है ते छोटे छोटे बच्चों नू कुछ ना कुछ खान नू दे सकदे हो। स्कॉर्पियो वृश्चिक राशि वालियां दा अज दा दिन कोई ज्यादा अच्छा नहीं, पेट जां दंदां दी प्रॉब्लम तंग कर ही रही है ते नाल बैक पेन भी तंग कर सकती है। कोशिश करो जी माता दे पैरी हाथ अपनी मां दे पैरी हाथ जरूर लगाओ। धर्म कर्म दे कम्मां विच रुचि रखन ते बहुत ज्यादा सकारात्मक सोच हो जाएगी। लकी कलर पिंक रहेगा। सैजिटेरियस यानी धनु राशि वालियां दा अज दा दिन जी चंद्रमा राशि तो नौवें रहेगा, बड़ा अच्छा है जी। कर्म ते नाल धर्म दे स्थान ते बैठा होया चंद्रमा धार्मिक कम्मां विच रुचि तां वधावेगा ही, छोटी मोटी धार्मिक यात्रा भी हो सकती है जिस दे नाल मन खुश रहेगा ते नाल तुसी अगर चौलां दा दान कर सकते हो जां चलदे पानी विच फा सकते हो जिस नाल चंद्रमा होर ज्यादा अच्छा हो जाएगा जो कि तुहाडे अठवें खाने दा मालिक है, कोई परेशानी नहीं देगा। लकी कलर मस्टर्ड रहेगा। कैप्रीकॉर्न मकर राशि वालियां दा अज दा दिन कुछ ज्यादा वधिया नहीं, फिर भी नक्षत्र मित्र है भावें चंद्र राशि तो अठवें है, नक्षत्र मित्र होण करके तुहानू अच्छे नतीजे मेहनत दे मुताबक मिल जाणगे पर पेट दी प्रॉब्लम तंग कर सकदी है। इस करके कोशिश करनी है जी बारी खाने तो परहेज रखना है, ज्यादा तलिया होया खाना नहीं खाना ते दुध बिल्कुल भी उबलन ना दो तां चंगा मत्थे ते चंदन केसर जां जीव ते शहद लवा लवो, दूजे बैठा मंगल बड़ा अच्छा फल देवेगा। ਅਕਿਓਰਸ ਯਾਨੀ ਕੁੰਭ ਰਾਸ਼ੀ ਵਾਲਿਆਂ ਦਾ ਅੱਜ ਦਾ ਦਿਨ ਸਿਰ ਵਿੱਚ ਦਰਦ ਜਾਂ ਮਹਿਸੂਸ ਸਿਤਾਰੇ ਸਿਹਤ ਲਈ ਥੋੜੇ ਢਿੱਲੇ ਹੀ ਰਹਿਣਗੇ, ਕਦੇ ਬਾਂਹ ਕਦੇ ਮੋਢੇ ਤੇ ਕਦੇ ਸਿਰ ਵਿੱਚ ਦਰਦ ਮਹਿਸੂਸ ਹੋ ਸਕਦਾ ਹੈ। ਥੋੜੇ ਗੁੱਸੇ ਤੇ ਆਪਣੇ ਕੰਟਰੋਲ ਰੱਖੋ, ਮੈਡੀਸਿਨ ਵਗੈਰਾ ਟਾਈਮ ਨਾਲ ਲਓ, ਪਰਿਵਾਰਕ ਸੰਬੰਧਾਂ ਵਿੱਚ ਮਧੁਰਤਾ ਬਣ ਜਾਏਗੀ। ਅੱਜ ਦੇ ਦਿਨ ਤੁਹਾਨੂੰ ਕਿਸੇ ਕੁੱਤੇ ਨੂੰ ਰੋਟੀ ਪਾ ਦੇਣੀ ਚਾਹੀਦੀ ਹੈ ਹਲਕਾ ਜਿਹਾ ਸਰੋਂ ਦਾ ਤੇਲ ਲਗਾ ਕੇ। ਦੇਖੋ ਇਹ ਛੋਟੇ ਛੋਟੇ ਟੋਟਕੇ ਨੇ, ਕੋਈ ਵਹਿਮ ਨਹੀਂ ਹੈ। ਅਗਰ ਤੁਹਾਡੀ ਵਜ੍ਹਾ ਨਾਲ ਕਿਸੇ ਨੂੰ ਖਾਣ ਪੀਣ ਨੂੰ ਕੁਛ ਮਿਲਦਾ ਹੈ ਤਾਂ ਉਸਦੀਆਂ ਆਂਦਰਾਂ ਮਤਲਬ ਉਸਦਾ ਪੇਟ ਤਾਂ ਦੁਆਵਾਂ ਦੇ ਹੀ ਜਾਂਦਾ ਹੈ ਤੇ ਗ੍ਰਹਿਆਂ ਦੇ ਮੁਤਾਬਕ ਉਸਦਾ ਪੌਸ਼ਟਿਕ ਫਲ ਵੀ ਮਿਲ ਜਾਂਦਾ ਹੈ। ਪਾਈਸਿਸ ਯਾਨੀ ਮੀਨ ਰਾਸ਼ੀ ਵਾਲਿਆਂ ਦਾ ਅੱਜ ਦਾ ਦਿਨ ਜੀ ਕਰਜ਼ੇ ਬਿਮਾਰੀ ਨੂੰ ਲੈ ਕੇ ਜਾਂ ਕਿਸੇ ਪੁਰਾਣੀ ਬਿਮਾਰੀ ਨੂੰ ਲੈ ਕੇ ਕੁਛ ਉਲਝੇਵਾਂ ਖੜਾ ਹੋ ਸਕਦਾ ਹੈ ਜਿਸ ਕਰਕੇ ਕੁਛ ਨਾ ਕੁਛ ਤੁਹਾਨੂੰ ਲੱਗੇਗਾ ਕਿ ਮੈਨੂੰ ਕੁਛ ਏਦਾਂ ਦਾ ਰੋਗ ਯਾਨੀ ਨੈਗੇਟਿਵਿਟੀ ਥੋੜੀ ਭਰ ਸਕਦੀ ਹੈ ਰੋਗ ਨੂੰ ਲੈ ਕੇ ਤੇ ਨਾਲ ਬੁੱਧ ਰਾਹੂ ਦੀ ਯੁਤੀ ਕਰਕੇ ਭੈਣ ਭੂਆ ਜਾਂ ਮਾਸੀ ਦੀ ਸਿਹਤ ਖਰਾਬ ਵੀ ਹੋ ਸਕਦੀ ਹੈ। ਕੋਸ਼ਿਸ਼ ਕਰਨੀ ਹੈ ਜੀ ਅੱਜ ਤੁਸੀਂ ਥੋੜੇ ਜਿਹੇ ਜੌਂ ਉਸ ਵਿੱਚ ਦੁੱਧ ਪਾ ਕੇ ਉਸਨੂੰ ਜਲ ਪ੍ਰਵਾਹ ਕਰ ਦਿਓ, ਬੜਾ ਅੱਛਾ ਪੋਜ਼ਿਟਿਵ ਰਿਜ਼ਲਟ ਮਿਲੇਗਾ। ਇਹ ਸੀ ਜੀ ਤੁਹਾਡੇ ਸਿਤਾਰੇ ਤੇ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਵਾਸਤੂ ਦੇ ਮੁਤਾਬਕ ਕਿਸ ਤਰ੍ਹਾਂ ਅਸੀਂ ਤਾਕੀਆਂ ਬਾਰੀਆਂ ਕਿਹੜੀ ਸਾਈਡ ਤੇ ਰੱਖ ਕੇ ਚੰਗਾ ਰਿਜ਼ਲਟ ਲੈ ਸਕਦੇ ਹਾਂ ਜਾਂ ਕੀ ਪ੍ਰਭਾਵ ਪੈਂਦਾ ਹੈ ਉਸ ਦੇ ਮੁਤਾਬਕ ਉਸ ਘਰ ਵਿੱਚ ਰਹਿਣ ਵਾਲੇ ਸਦੱਸਿਆਂ ਤੇ। ਦੇਖੋ ਵੈਸੇ ਤਾਂ ਈਸਟ ਵੱਲ ਬਣਾਈਆਂ ਹੋਈਆਂ ਤਾਕੀਆਂ ਬਾਰੀਆਂ ਬੜਾ ਪੋਜ਼ਿਟਿਵ ਰਿਜ਼ਲਟ ਦਿੰਦੀਆਂ ਨੇ ਕਿਉਂਕਿ ਸੂਰਜ ਦੀਆਂ ਕਿਰਨਾਂ ਉਸ ਘਰ ਵਿੱਚ ਹਮੇਸ਼ਾ ਪੋਜ਼ਿਟਿਵਿਟੀ ਲੈ ਕੇ ਆਉਂਦੀਆਂ ਨੇ। ਪਰ ਅਗਰ ਉੱਤਰ ਵਾਲੀ ਸਾਈਡ ਤੇ ਵੀ ਖਿੜਕੀਆਂ ਜ਼ਿਆਦਾ ਰੱਖੀਆਂ ਜਾਣ, ਬਾਰੀਆਂ ਰੱਖੀਆਂ ਜਾਣ ਤੇ ਉਹਨਾਂ ਨੂੰ ਖੋਲ੍ਹਿਆ ਜਾਵੇ, ਟਾਈਮ ਕੋਈ ਨਹੀਂ ਜਦੋਂ ਮਰਜ਼ੀ ਖੋਲ੍ਹ ਕੇ ਰੱਖੋ, ਉਹ ਜਗ੍ਹਾ ਵੱਲੋਂ ਆਉਣ ਵਾਲੀਆਂ ਪੋਜ਼ਿਟਿਵਿਟ ਹਵਾਵਾਂ ਜੋ ਕਿ ਨੌਰਥ ਵਾਲੀ ਸਾਈਡ ਤੋਂ ਆਉਂਦੀਆਂ ਨੇ ਜਿਹਨੂੰ ਆਪਾਂ ਪਹਾੜਾਂ ਵਾਲੀ ਸਾਈਡ ਵੀ ਕਹਿੰਦੇ ਹਾਂ, ਹਮੇਸ਼ਾ ਹੀ ਉਸ ਘਰ ਵਿੱਚ ਰਹਿਣ ਵਾਲਿਆਂ ਦੇ ਇਨਕਮ ਦੇ ਸੋਰਸਸ ਬਣੇ ਰਹਿੰਦੇ ਨੇ। ਜਿਨ੍ਹਾਂ ਦਾ ਵੀ ਨੌਰਥ ਸਾਈਡ ਵਾਲੀ ਘਰ ਦੇ ਵੱਲ ਨੂੰ ਉਹਨਾਂ ਦੇ ਮਕਾਨ ਦਾ ਫੇਸ ਹੋਵੇ ਜਾਂ ਜ਼ਿਆਦਾ ਖਿੜਕੀਆਂ ਹੋਣ ਤਾਂ ਉਸ ਘਰ ਵਿੱਚ ਬਹੁਤ ਜ਼ਿਆਦਾ ਕਮਾਉਣ ਵਾਲੇ ਜਾਂ ਚਾਰੇ ਪਾਸੇ ਤੋਂ ਕਮਾਈ ਦੇ ਸੋਰਸਸ ਵੱਧਦੇ ਹੀ ਰਹਿੰਦੇ ਨੇ ਜਾਂ ਅੱਛੇ ਸੋਰਸਸ ਦੀ ਵਜ੍ਹਾ ਕਰਕੇ ਉਹਨਾਂ ਦੀ ਇਨਕਮ ਅੱਛੀ ਰਹਿੰਦੀ ਹੈ। ਇਹ ਆਮ ਦੇਖਿਆ ਵੀ ਗਿਆ ਤੇ ਬਾਕੀ ਤੁਸੀਂ ਦੇਖ ਵੀ ਸਕਦੇ ਹੋ ਤੇ ਇਸਦਾ ਰਿਜ਼ਲਟ ਹਮੇਸ਼ਾ ਪੋਜ਼ਿਟਿਵ ਹੀ ਆਉਂਦਾ ਹੈ। ਇਹ ਸੀ ਜੀ ਵਾਸਤੂ ਟਿਪ ਤੇ ਹੁਣ ਸਮਾਂ ਹੋ ਚੱਲਿਆ ਤੁਹਾਤੋਂ ਇਜਾਜ਼ਤ ਲੈਣ ਦਾ। ਪਰਮਾਤਮਾ ਕਰੇ ਆਪ ਸਭ ਦਾ ਅੱਜ ਦਾ ਦਿਨ ਬਹੁਤ ਵਧੀਆ ਜਾਵੇ, ਖੁਸ਼ ਰਹੋ, ਮੁਸਕਰਾਉਂਦੇ ਰਹੋ ਤੇ ਆਪਣਿਆਂ ਨਾਲ ਜ਼ਰੂਰ ਬਣਾ ਕੇ ਰੱਖੋ। ਨਮਸਕਾਰ।